उधर पटियाला पुलिस ने मोटरसाइकिल चोर गिरोह का पर्दाफाश किया। पुलिस ने चोर गिरोह के दो मैंबरों को काबू किया। पुलिस ने इन दोवां चोरों के कोलों 14 जिहड़े मोटरसाइकिल बरामद किए ने। संबंधी जानकारी देंदे हुए डीएसपी संदीप सिंगला ने दसिया कि पटियाला पुलिस ने मोटरसाइकिल चोरों के दो गिरोह ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੇ ਕੋਲੋਂ 14 ਮੋਟਰਸਾਈਕਲ ਬਰਾਮਦ ਕੀਤੇ ਗਏ ਨੇ। ਪੁਲਿਸ ਨੇ ਇਹਨਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਵਨਦੀਪ ਸਭਾ ਉਪ ਜੀਵਨ ਰਾਮ ਵਾਸੀ ਸਨੌਰ ਦੇ ਸੀਗੇ। ਉਹ ਆਪਣਾ ਮੋਟਰਸਾਈਕਲ ਲੈ ਕੇ ਇੱਥੇ ਬਾਰਾਦਰੀ ਗਾਰਡਨ ਆਏ ਸੀ ਬੀਤੀ 22 ਤਰੀਕ ਨੂੰ। ਉਹਨਾਂ ਦਾ ਮੋਟਰਸਾਈਕਲ ਦੋ ਐਕਿਊਜ਼ ਨੇ ਵਿਸ਼ਾਲ ਔਰ ਗੁਰਕ੍ਰੀਤ, ਇਹ ਦੋਵੇਂ ਪਤਰਾ ਏਰੀਏ ਦੇ ਰਹਿਣ ਵਾਲੇ ਨੇ। ਇਹਨਾਂ ਨੇ ਉੱਥੋਂ ਚੋਰੀ ਕਰ ਲਿਆ ਸੀ, ਜਿਸ 'ਤੇ ਅਸੀਂ FIR ਨੰਬਰ 38/25/23 ਨੂੰ ਅੰਡਰ ਸੈਕਸ਼ਨ 279 IPC ਦਰਜ ਰਜਿਸਟਰ ਕੀਤੀ ਸੀ। ਦੋਨੇ ਅਕਿਊਜ਼ ਅਸੀਂ 25/3 ਨੂੰ ਫੜੇ, ਜੋ ਪਾਤਰਾ ਦੇ ਰਹਿਣ ਵਾਲੇ ਨੇ, ਇੱਥੇ ਰਾਘੋ ਮਾਜਰਾ ਏਰੀਆ ਵਿੱਚ ਕਿਰਾਏ 'ਤੇ ਰਹਿ ਰਹੇ ਸੀ। ਉਹਨਾਂ ਦੀ ਪੁੱਛਗਿੱਛ ਅਤੇ ਹੋਰ ਤਫਤੀਸ਼ ਕਰਨ 'ਤੇ ਇਹਨਾਂ ਕੋਲੋਂ ਅਸੀਂ ਟੋਟਲ 14 ਮੋਟਰਸਾਈਕਲ ਅਸੀਂ ਰਿਕਵਰ ਕੀਤੇ ਨੇ, ਜੋ ਵੱਖ ਵੱਖ ਥਾਰਾਂ ਤੋਂ, ਬੱਸ ਸਟੈਂਡ ਤੋਂ, ਕਾਲੀ ਮਾਤਾ ਮੰਦਰ, ਬਾਰਾਦਰੀ ਗਾਰਡਨ, ਸਾਡੇ ਸਿਟੀ 1 ਔਰ 2 ਦੇ ਏਰੀਆ ਦੇ ਵਿੱਚ ਇਹਨਾਂ ਨੇ ਚੋਰੀ ਕੀਤੇ ਸੀ। ਔਰ ਹੋਰ ਵੀ ਤਫਤੀਸ਼ ਜਾਰੀ ਹੈ, ਇਹਨਾਂ ਦੇ ਕੁਝ ਹੋਰ ਸਾਥੀ ਵੀ ਹੈ ਜੋ ਅਸੀਂ ਹਾਲੇ ਹੋਰ ਵਿਸਤਾਰ ਕਰਨੇ ਨੇ। ਉਹ ਤਫਤੀਸ਼ ਚੱਲ ਰਹੀ ਹੈ ਹਜੇ, ਹਾਲੇ ਤਾਂ ਅਸੀਂ ਜਿਹੜੇ ਮੋਟਰਸਾਈਕਲ ਰਿਕਵਰ ਕੀਤੇ ਨੇ ਸਾਰੇ ਐਜ ਇਟ ਇਜ਼ ਪੂਰੇ ਦੇ ਪੂਰੀ ਰਿਕਵਰ ਕੀਤੇ ਨੇ। ਨਹੀਂ, ਪਹਿਲਾਂ ਹਾਲੇ ਚੱਲ ਰਿਹਾ, ਤਫਤੀਸ਼ ਚੱਲ ਰਹੀ ਹੈ, ਉਸ ਬਾਰੇ ਦੇਖ ਰਿਹਾ। ਹਾਂਜੀ, ਸਪਲੈਂਡਰ ਜ਼ਿਆਦਾ ਟਾਰਗੇਟ ਕਰਦੇ ਸੀ, ਕਿਉਂਕਿ ਸਪਲੈਂਡਰ ਕਹਿੰਦੇ ਜਿਹੜਾ ਹੈਗਾ ਛੇਤੀ ਲੋਕ ਉਹਦਾ ਖੁੱਲ ਜਾਂਦਾ ਹੈ ਔਰ ਉਹਨੂੰ ਤੋੜਨਾ ਵੀ ਸੌਖਾ, ਲੋਕ ਨੂੰ ਜਿਹੜਾ ਸੌਖਾ ਸਿੰਪਲ ਲੋਕ ਹੁੰਦਾ ਸਪਲੈਂਡਰ ਦਾ, ਜਿਸ ਕਰਕੇ ਸਪਲੈਂਡਰ ਨੂੰ ਟਾਰਗੇਟ ਕਰਦੇ। 14 ਮੋਟਰਸਾਈਕਲ ਅਸੀਂ ਰਿਕਵਰ ਕਰ ਲਏ ਨੇ ਟੋਟਲ ਹੁਣ ਤੱਕ, ਬਾਕੀ ਤਫਤੀਸ਼ ਜਾਰੀ ਆ। ਕੁਛ ਇਹਨਾਂ ਦੇ ਸਾਥੀ ਹੋਰ ਵੀ ਹੈ ਜੋ ਅਸੀਂ ਕਰ ਰਹੇ ਹਾਂ, ਤਲਾਸ਼ ਕਰ ਰਹੇ ਹਾਂ।